ਵਰਤ ਅੰਦਰਲੀ ਕਿਰਿਆ ਆ, ਪਰ ਇਸ ਕਿਰਿਆ ਦੇ ਨਾਲ ਬਦਲਾਵ ਬਾਹਰ ਨਜ਼ਰ ਆਉਂਦਾ ਹੈ। ਹਾਲੇਲੂਇਆ। ਇਹ ਇੱਕ ਇਨਰ ਪ੍ਰੈਕਟਿਸ ਆ ਜਿਹਦੇ ਨਾਲ ਆਊਟਵਰਡ ਚੇਂਜ ਹੁੰਦਾ ਹੈ। ਤੁਸੀਂ ਅੰਦਰੋਂ ਇੱਕ ਕਿਰਿਆ ਕਰ ਰਹੇ ਹੋ, ਬਾਹਰੋਂ ਹਾਲਾਤ ਬਦਲਨੇ ਸ਼ੁਰੂ ਹੋ ਰਹੇ ਹਨ। ਹਾਲੇਲੂਇਆ। ਆਓ ਅਸੀਂ ਦੇਖਾਂਗੇ ਐਜ਼ਰਾ ਦੀ ਪੁਸਤਕ, ਉਹਦਾ 8 ਨੰਬਰ ਅਧਿਆਇ ਔਰ ਉਹਦੀ 21 ਤੋਂ 23 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ। ਤਦ ਮੈਂ ਉੱਥੇ ਅਹਵਾ ਨਦੀ ਤੇ ਵਰਤ ਦਾ ਹੋਕਾ ਦਿਵਾਇਆ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ, ਕਿਉਂ ਜੋ ਮੈਂ ਲਾਸ ਦੇ ਮਾਰੇ ਪਾਤਸ਼ਾਹ ਤੋਂ ਸਿਪਾਹੀਆਂ ਦੇ ਜਥੇ ਤੇ ਸਵਾਰ ਨਾ ਮੰਗੇ ਭਈ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ। ਇਸ ਲਈ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ ਭਈ ਸਾਡੇ ਪਰਮੇਸ਼ਵਰ ਦਾ ਹੱਥ ਭਲਿਆਈ ਦੇ ਲਈ ਉਹਨਾਂ ਸਾਰਿਆਂ ਦੇ ਨਾਲ ਹੈ ਜੋ ਉਹਦੇ ਤਾਲਬ ਹਨ, ਪਰ ਉਹਦਾ ਬਲ ਤੇ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਹਨੂੰ ਤਿਆਗ ਦਿੰਦੇ ਹਨ। ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਵਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਹਾਲੇਲੂਇਆ। ਵਰਤ ਸਿਰਫ ਵੈਰੀ ਦੇ ਉੱਤੇ ਫਤਿਹ ਪਾਉਣ ਦੇ ਲਈ ਹੀ ਨਹੀਂ ਆ, ਪਰ ਵਚਨ ਸਾਨੂੰ ਕੀ ਦਿੱਤਾ, ਆਪਣੇ ਨਿਆਣਿਆਂ ਦੇ ਲਈ ਤੇ ਮਾਲ ਮਤੇ ਦੇ ਬਚਾਓ ਲਈ ਵੀ ਆ। ਇੱਥੇ ਪਰਮੇਸ਼ਵਰ ਦਾ ਜਨ ਕਹਿ ਰਿਹਾ ਆ ਜਦੋਂ ਉਹ ਆਪਣੇ ਝੁੰਡ ਦੇ ਨਾਲ ਆਪਣੇ ਲੋਕਾਂ ਦੇ ਨਾਲ ਨਿਕਲਿਆ ਆ ਤੇ ਉਹ ਨਦੀ ਦੇ ਕਿਨਾਰੇ ਆ, ਉੱਥੇ ਉਹਨੇ ਸਾਰਿਆਂ ਨੂੰ ਜਿਹੜੇ ਲੋਕੀ ਉਹਦੇ ਨਾਲ ਆ ਉਹਨੇ ਕਿਹਾ, ਹੋਕਾ ਦਿੱਤਾ, ਕਹਿੰਦਾ ਆਓ, ਕਹਿੰਦਾ ਆਪਾਂ ਆਪਣੇ ਨਿਆਣਿਆਂ ਦੇ ਲਈ ਤੇ ਮਾਲ ਮਤੇ ਦੇ ਲਈ ਵਰਤ ਰੱਖੀਏ। ਕਹਿੰਦਾ ਮੈਂ ਸੰਗ ਦਿਆਂ, ਮੈਂ ਰਾਜੇ ਨੂੰ ਨਹੀਂ ਕਿਹਾ ਵੀ ਆਪਣੇ ਸਿਪਾਹੀ ਸਾਡੇ ਨਾਲ ਭੇਜਦੇ ਜਿਹੜੇ ਰਾਜ ਸਾਡੀ ਰਾਖੀ ਕਰਨ, ਮੈਂ ਇਹ ਨਹੀਂ ਕਿਹਾ ਆਪਣੇ ਘੋੜ ਸਵਾਰ ਸਾਡੇ ਨਾਲ ਭੇਜਦੇ ਜਿਹੜੇ ਰਾਜ ਸਾਡੀ ਰਾਖੀ ਕਰਨ, ਪਰ ਕਹਿੰਦਾ ਮੈਂ ਉਹਨੂੰ ਇਹ ਗੱਲ ਕਹੀ ਸੀ ਕਿ ਸਾਡਾ ਪਰਮੇਸ਼ਵਰ ਜਿਹਦੀ ਅਸੀਂ ਆਗਿਆਕਾਰੀ ਕਰਦੇ ਆ ਉਹ ਸਾਡੀ ਰਾਖਿਆ ਕਰਦਾ ਆ, ਸਾਡੀ ਰਾਖੀ ਕਰਦਾ ਆ, ਤੇ ਜਿਹੜੇ ਸਾਡੇ ਵਿਰੋਧ ਆ ਜਿਹੜੇ ਪਰਮੇਸ਼ਵਰ ਦੀ ਅਣ ਆਗਿਆਕਾਰੀ ਕਰਦੇ ਆ ਉਹਨਾਂ ਦੇ ਉੱਤੇ ਉਹਦਾ ਕ੍ਰੋਧ ਆਉਂਦਾ ਆ। ਕਹਿੰਦਾ ਅਸੀਂ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਸਾਡੀ ਪ੍ਰਾਰਥਨਾ ਸੁਣ ਲਈ। ਸੋ ਜ਼ਰੂਰੀ ਨਹੀਂ ਆ ਕਿ ਤੁਹਾਡੀ ਹਿਫਾਜ਼ਤ ਜਿਹੜੀ ਆ ਉਹ ਘੋੜ ਸਵਾਰਾਂ ਵੱਲੋਂ ਹੀ ਹੋਣੀ ਆ, ਜ਼ਰੂਰੀ ਨਹੀਂ ਆ ਮਨੁੱਖ ਹੀ ਤੁਹਾਨੂੰ ਹਰ ਜਗ੍ਹਾ ਤੇ ਬਚਾ ਸਕਦੇ ਆ, ਪਰ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੇ ਆ, ਵਰਤ ਰੱਖ ਰੱਖ ਕੇ ਪ੍ਰਾਰਥਨਾ ਕਰਦੇ ਆ, ਭਾਵੇਂ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਆ, ਪਰਮੇਸ਼ਵਰ ਦਾ ਹੱਥ ਉੱਥੇ ਵੀ ਉਹਨਾਂ ਨੂੰ ਸੰਭਾਲਦਾ ਆ, ਭਾਵੇਂ ਤੁਹਾਡੇ ਬੱਚੇ ਤੁਹਾਡੇ ਨਾਲ ਨਹੀਂ ਵੀ ਰਹਿ ਰਹੇ ਜਾਂ ਤੁਹਾਡੇ ਨਾਲ ਰਹਿ ਰਹੇ ਆ, ਤੁਹਾਡੇ ਪਰਮੇਸ਼ਵਰ ਦੀ ਰੱਖਿਆ ਉਹਨਾਂ ਦੇ ਉੱਤੇ ਆ, ਤੁਹਾਡੇ ਮਾਲ ਮਤੇ ਦਾ ਨੁਕਸਾਨ ਨਹੀਂ ਹੁੰਦਾ, ਤੁਹਾਡੇ ਪੈਸੇ ਨਹੀਂ ਗਵਾਚਦੇ ਜੇਕਰ ਤੁਸੀਂ ਵਰਤ ਰੱਖ ਰੱਖ ਕੇ ਪ੍ਰਾਰਥਨਾਵਾਂ ਕੀਤੀਆਂ ਹੋਣ ਕਿ ਪ੍ਰਭੂ ਸਾਡੇ ਮਾਲ ਮਤੇ ਉੱਤੇ ਤੁਹਾਡੀ ਕਿਰਪਾ ਬਣੀ ਰਵੇ, ਪ੍ਰਭੂ ਸਾਡੇ ਨਿਆਣਿਆਂ ਦੇ ਉੱਤੇ ਤੁਹਾਡੀ ਕਿਰਪਾ ਬਣੀ ਰਵੇ, ਫਿਰ ਨਾ ਤਾਂ ਸਾਡੇ ਨਿਆਣੇ ਵਿਗੜਦੇ ਆ ਨਾ ਸਾਡਾ ਪੈਸਾ ਹੀ ਗਵਾਚਦਾ ਆ। ਪਰ ਜਦੋਂ ਅਸੀਂ ਆਕੀ ਹੋ ਜਾਂਦੇ ਆ, ਢੀਠ ਬੁਣੇ ਵਿੱਚ ਚੱਲਦੇ ਆ, ਉਦੋਂ ਸਾਡਾ ਨੁਕਸਾਨ ਹੁੰਦਾ ਆ।
ਛੱਡ ਦੇਵੇ। ਜਿਹਦੇ ਕੋਲ ਹੈ ਹੀ ਨਹੀਂ ਉਹ ਤਿਆਗ ਨਹੀਂ ਸਕਦਾ। ਤਿਆਗ ਦਿੰਦੇ ਦਾ ਮਤਲਬ ਜਿੰਨੇ ਪਹਿਲਾਂ ਪਰਮੇਸ਼ਵਰ ਦੀ ਕਿਰਪਾ ਨੂੰ ਦੇਖਿਆ ਆ, ਜਿੰਨੇ ਪਹਿਲਾਂ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਲਿਆ ਆ, ਜਿਹਦੇ ਕੋਲ ਪਹਿਲਾਂ ਪਰਮੇਸ਼ਵਰ ਆ ਪਰ ਮੁੜ ਕੇ ਉਹ ਬੇਮੁਖ ਹੋ ਗਿਆ, ਆਕੀ ਹੋ ਗਿਆ, ਪਿੱਛੇ ਮੁੜ ਗਿਆ, ਜਿਹਨੇ ਤਿਆਗ ਦਿੱਤਾ, ਕਹਿੰਦਾ ਉਹਦੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਆ। ਭਲਿਆਈ ਬੇਮੁਖ ਹੋਣ ਵਿੱਚ ਨਹੀਂ ਆ, ਭਲਿਆਈ ਪਿੱਛੇ ਮੁੜਨ ਵਿੱਚ ਨਹੀਂ ਆ, ਅਣ ਆਗਿਆਕਾਰੀ ਕਰਨ ਦੇ ਵਿੱਚ ਕੋਈ ਭਲਿਆਈ ਨਹੀਂ ਆ। ਅਸੀਂ ਤਾਂ ਪਰਮੇਸ਼ਵਰ ਦੀ ਚੁੱਪ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਪਰਮੇਸ਼ਵਰ ਦਾ ਕ੍ਰੋਧ ਕੌਣ ਸਹਿ ਸਕਦਾ ਆ? ਪਰਮੇਸ਼ਵਰ ਦਾ ਕ੍ਰੋਧ ਅਸੀਂ ਪਲ ਭਰਦੇ ਉਹਦੇ ਕ੍ਰੋਧ ਦਾ ਵੀ ਸਾਹਮਣਾ ਨਹੀਂ ਕਰ ਸਕਦੇ। ਇੱਕ ਪਲ ਦੇ ਲਈ ਉਹਨੂੰ ਕ੍ਰੋਧ ਆਉਂਦਾ ਤੇ ਬਿਲਡਿੰਗਾਂ ਕਲੈਪਸ ਹੋ ਜਾਂਦੀਆਂ ਆ, ਡਿਜ਼ਾਸਟਰ ਆ ਜਾਂਦੇ ਆ, ਸੁਨਾਮੀ ਉੱਠ ਜਾਂਦੀ ਆ, ਭੂਚਾਲ ਆ ਜਾਂਦੇ ਆ, ਉਹਦੇ ਕ੍ਰੋਧ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਸਾਡੇ ਲਈ ਤਾਂ ਉਹਦੀ ਦਇਆ ਹੀ ਬਥੇਰੀ ਆ। ਇਸ ਲਈ ਅਗਰ ਤੁਹਾਡੇ ਮਨ ਵਿੱਚ ਕਦੀ ਇਹ ਚੀਜ਼ ਆਵੇ ਵੀ ਕਿ ਪਿੱਛੇ ਮੁੜ ਜਾ, ਕਦੀ ਮਨ ਦੇ ਆਖੇ ਲੱਗਿਓ ਨਾ, ਬਹੁਤ ਡਾਢਾ ਨੁਕਸਾਨ ਆ। ਤੇ ਵੈਰੀ ਇਸੇ ਲਈ ਤੁਹਾਡੇ ਮਨ 'ਚ ਇਹ ਵਿਚਾਰ ਪਾਉਂਦਾ ਆ ਕਿ ਉਹ ਨਾਸ਼ ਕਰ ਸਕੇ। ਵੈਰੀ ਦਾ ਕੰਮ ਸਿਰਫ ਘਾਤ ਲਾਉਣਾ ਹੀ ਨਹੀਂ ਆ, ਉਹ ਸਿਰਫ ਠੱਗੀ ਚੋਰੀ ਮਾਰਨ ਨਹੀਂ ਆਉਂਦਾ, ਤੁਹਾਡਾ ਸਿਰਫ ਨੁਕਸਾਨ ਕਰਨ ਨਹੀਂ ਆਉਂਦਾ, ਕਹਿੰਦਾ ਉਹ ਨਾਸ਼ ਕਰਦਾ ਆ, ਉਹ ਕਤਲ ਕਰਨ ਆਉਂਦਾ ਆ, ਤੁਹਾਨੂੰ ਜਾਨੋਂ ਮਕਾਉਣ ਲਈ ਆਉਂਦਾ ਆ। ਸੋ ਵੈਰੀ ਦੀਆਂ ਜਿਹੜੀਆਂ ਪਲੈਨਿੰਗਸ ਆ, ਤੁਸੀਂ ਉਹਨਾਂ ਨੂੰ ਭੋਰਾ ਵੀ ਪਾਣੀ ਨਹੀਂ ਪਿਆਉਣਾ। ਜਦੋਂ ਵੀ ਉਹ ਥਾਟ ਆਇਆ, ਵਾਪਸ ਉਸ ਥਾਟ ਨੂੰ ਰਿਪੀਟ ਤੱਕ ਨਹੀਂ ਹੋਣ ਦੇਣਾ ਆਪਣੇ ਅੰਦਰ। ਉਦੋਂ ਜਿਹੜੀ ਥਾਟ ਤੁਹਾਡੇ ਅੰਦਰ ਵੈਰੀ ਨੇ ਪਾਈ ਆ, ਜਿਹੜਾ ਵਿਚਾਰ ਤੁਹਾਡੇ ਅੰਦਰ ਪਰਮੇਸ਼ਵਰ ਦੇ ਵਿਰੁੱਧ ਕੰਮ ਕਰਨ ਵਾਲੀ ਸ਼ਕਤੀ ਨੇ ਤੁਹਾਡੇ ਅੰਦਰ ਰੱਖਿਆ ਆ, ਤੁਸੀਂ ਉਸ ਵਿਚਾਰ ਦੇ ਵਿਰੁੱਧ ਕੰਮ ਕਰੋ। ਉਹ ਤੁਹਾਨੂੰ ਉਦਾਸ ਕਰ ਰਿਹਾ ਆ, ਤੁਸੀਂ ਉਹ ਗੀਤ ਗਾਓ ਉਸ ਵੇਲੇ ਜਿਹਦੇ ਨਾਲ ਤਾੜੀਆਂ ਵੱਜਣ। ਮਤਲਬ ਵੈਰੀ ਤੁਹਾਡੇ ਮਨ ਦੇ ਅੰਦਰ ਨਿਰਾਸ਼ਾ ਲੈ ਕੇ ਆਇਆ ਹੈ ਕਿ ਦੇਖ ਤੈਨੂੰ ਫਲਾਨੇ ਨੇ ਏਦਾਂ ਕਿਹਾ, ਦੇਖ ਉਹਨੇ ਤੇਰੇ ਨਾਲ ਏਦਾਂ ਕੀਤਾ। ਕਈ ਵਾਰੀ ਮਨ ਬਹੁਤ ਗੰਭੀਰ ਜਿਹਾ ਹੋ ਜਾਂਦਾ ਆ, ਉਦਾਸ ਜਿਹਾ ਹੋ ਜਾਂਦਾ ਆ, ਤਾਂ ਉਸ ਵੇਲੇ ਕੋਈ ਚੜ੍ਹਦੀ ਕਲਾ ਵਾਲਾ ਭਜਨ ਗਾਓ, ਉਸ ਵੇਲੇ ਕੋਈ ਮਨ ਨੂੰ ਖੁਸ਼ੀ ਦੇਣ ਵਾਲਾ, ਕੋਈ ਜਿਹਦੇ ਨਾਲ ਤੁਹਾਡੀਆਂ ਤਾੜੀਆਂ ਵੱਜਣ, ਮਨ ਉੱਠੇ, ਉਹ ਜਿਹਾ ਭਜਨ ਗਾਓ। ਵੈਰੀ ਸ਼ਰਮਿੰਦਾ ਹੋਏਗਾ, ਉਹ ਤਾੜੀ ਇੱਕ ਹੱਥ ਤੋਂ ਦੂਜੇ ਹੱਥ ਤੇ ਨਹੀਂ ਵੱਜ ਰਹੀ, ਉਹ ਸ਼ੈਤਾਨ ਦੇ ਮੂੰਹ ਤੇ ਵੱਜ ਰਹੀ ਆ ਕਿ ਮੈਂ ਤੇ ਰਵਾਉਣਾ ਚਾਹੁੰਦਾ ਸੀ ਤੇ ਇਹ ਹੱਸਣ ਡਿਆ ਆ।